ਕਿ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਡਾਂਗੋ ਡਾਂਗੀ ਹੋ ਰਹੀ ਹੈ ਅਤੇ ਚੰਡੀਗੜ੍ਹ ਇਕੱਠੀ ਹੈ, ਬਿਲਕੁਲ ਮੁੱਦਾਹੀਣ ਹੈ। ਇੱਕ ਦੂਜੇ 'ਤੇ ਜਾਤੀ ਅਟੈਕ ਕੀਤੇ ਜਾ ਰਹੇ ਆ, ਮੰਦਰ ਮਸਜਿਦ ਧਰਮ ਮੁਸਲਮਾਨ ਸਿੱਖ ਹਿੰਦੂ ਇਹੋ ਕੁਛ ਹੀ ਗਾਇਆ ਜਾ ਰਿਹਾ। ਭਗਵੇਂ ਕੱਪੜੇ ਪਾਲੇ ਅਤੇ ਮੈਨੂੰ ਵੀ ਕਹਿ ਦਿੰਦੇ ਵੀ ਇਹ BJP ਦਾ ਬੰਦਾ ਹੈਗਾ। ਐਸਾ ਹੈ ਕਿ ਇਸ ਚੰਡੀਗੜ੍ਹ ਕੇ ਅੰਦਰ ਮੈਂ ਪਿਛਲੇ 30 ਸਾਲ ਸਰੇ ਰਹਾ ਹੂੰ, ਇਹ ਜੋ ਪਿਛਲੇ 10 ਸਾਲ ਹੈ ਨਾ, ਇਹ ਚੰਡੀਗੜ੍ਹ ਕੇ ਲਈ ਬਹੁਤ ਬੜਾ ਸੈਟਬੈਕ ਰਹਾ ਹੈ। ਆਈ ਐਮ ਨੋਟ ਕ੍ਰਿਟੀਸਾਈਜ਼ਿੰਗ ਐਨੀ ਪਰਟੀਕੁਲਰ ਪਾਰਟੀ ਔਰ ਆਈ ਐਮ ਨੋਟ ਸਪੋਰਟਿੰਗ ਐਨੀ ਪਰਟੀਕੁਲਰ ਪਾਰਟੀ, ਬਟ ਐਟ ਦ ਸੇਮ ਟਾਈਮ ਜਿਹਦੀ ਕੋਈ ਲੋਕਲ ਬੰਦਾ ਹੁੰਦਾ, ਬਿਕੋਜ਼ ਪੈਰਾਸੂਟ 'ਚ ਆਏ ਹੋਏ ਬੰਦੇ ਕੋਈ ਮਤਲਬ ਨਹੀਂ ਯਹਾਂ ਪਰ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਸ਼ੁਭ ਨਾਮ ਆਪਣਾ? ਜੀ ਐਸ ਕਾਲੋਂ। ਕਾਲੋਂ ਸਾਹਿਬ, ਚੰਡੀਗੜ੍ਹ ਰਹਿੰਦਾ ਕਿੰਨੇ ਸਾਲ ਹੋ ਗਏ ਤੁਹਾਨੂੰ? ਮੋਹਾਲੀ ਰਹਿੰਦਾ ਉਦਾਂ ਮੈਂ, ਮੈਨੂੰ ਹੋ ਗਏ 40 ਸਾਲ ਇੱਥੇ। ਅੱਛਾ ਸਰ, ਚੰਡੀਗੜ੍ਹ ਦੇ ਵਿੱਚ ਕੀ ਦੇਖਦੇ ਹੋ ਵੀ ਇਸ ਵਾਰ ਜਿਹੜੇ ਸਮੀਕਰਨ ਹੋਣਗੇ ਇਲੈਕਸ਼ਨਸ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਪਿਛਲੇ ਟਾਈਮ ਦੇ ਵਿੱਚ ਕੀ ਹੈ, BJP ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਸੀ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲੱਗ ਅਲੱਗ ਰਹੇ ਆ, ਕਿਉਂਕਿ ਇਹ ਵੀ ਸੁਣਿਆ ਗਿਆ ਕਿ ਹੁਣ ਤੱਕ ਜਿਹੜੀ ਵੀ ਵੋਟ ਕੱਟੀ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਹੀ ਕੱਟੀ ਹੈ। ਇਸ ਵਾਰ ਸਮੀਕਰਨ ਥੋੜ੍ਹੇ ਜਿਹੇ ਡਿਫਰੈਂਟ ਹੈ, ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਹੈ ਔਰ BJP ਤੋਂ ਸ਼੍ਰੋਮਣੀ ਅਕਾਲੀ ਦਲ ਅਲੱਗ ਹੋ ਗਿਆ, ਅਤੇ ਕਿਸ ਤਰ੍ਹਾਂ ਦੇ ਸਮੀਕਰਨ ਚੰਡੀਗੜ੍ਹ 'ਚ ਬਣ ਸਕਦੇ ਆ? ਦੇਖੋ ਜੀ, ਇਹ ਬੜਾ ਇੱਕ ਦਿਲਚਸਪ ਗੱਲ ਹੈਗੀ ਹੈ ਕਿ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਡਾਂਗੋ ਡਾਂਗੀ ਹੋ ਰਹੀ ਹੈ ਅਤੇ ਚੰਡੀਗੜ੍ਹ ਇਕੱਠੀ ਹੈ, ਇਹ ਇੱਕ ਬੜੀ ਸੋਚਣ ਵਾਲੀ ਗੱਲ ਹੈ। ਵਰਕਰ ਸੋਚਦਾ ਹੈ ਵੀ ਮੈਂ ਕਿੱਧਰ ਜਾਵਾਂ, ਜੇ ਮੈਂ ਪੰਜਾਬ ਵੱਲ ਵੇਖਦਾ ਤਾਂ ਪੰਜਾਬ 'ਚ ਤੁਸੀਂ ਆਪੋ 'ਚ ਡਾਂਗੋ ਡਾਂਗੀ ਹੋ ਰਹੇ ਹੋ, ਇੱਥੇ ਤੁਸੀਂ ਇਕੱਠੇ ਹੋ, ਉਲਝਣ 'ਚ ਹੈ ਜਿਹੜਾ ਵੋਟਰ ਹੈ ਉਲਝਣ 'ਚ ਹੈ, ਪਰ ਫਿਰ ਵੀ ਇਹਨਾਂ ਨੂੰ ਕਾਂਗਰਸ ਨੂੰ ਅਪਰ ਹੈਂਡ ਹੈ ਕਿਉਂਕਿ ਇਹਨਾਂ ਨੇ MC ਦੀ ਇਲੈਕਸ਼ਨ 'ਚ ਇਹਨਾਂ ਦੀ ਸਪੋਰਟ ਕੀਤੀ, ਖੁੱਲ੍ਹ ਕੇ ਕੀਤੀ ਸਪੋਰਟ, ਸਾਰਾ ਕੁਛ ਵਧੀਆ ਉਹਨਾਂ ਨੇ ਹੈਂਡਲ ਕੀਤਾ, ਇਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਮੇਰੇ ਹਿਸਾਬ ਨਾਲ ਸਪੋਰਟ ਕਰਨਗੇ ਕਾਂਗਰਸ ਨੂੰ। ਅਤੇ ਜਿਹੜਾ ਹੁਣ ਅਕਾਲੀ ਦਲ ਹੈ, ਅਕਾਲੀ ਦਲ ਦਾ ਬੰਦਾ ਤਾਂ ਦੇਖੋ ਜੀ, ਉਹ ਵੋਟ ਜਿੱਦਾਂ ਵਿੱਚ ਆ ਕੇ ਕੱਟ ਰਿਹਾ ਵੋਟ, ਸਾਰੇ ਚੰਡੀਗੜ੍ਹ ਦੇ ਵਿੱਚ 20% 25% ਸਿੱਖ ਆਬਾਦੀ ਹੈ ਅਤੇ ਅਕਾਲੀ ਪਾਰਟੀ ਜਿਹੜੀ ਆ ਬੇਸਿਕਲੀ ਸਿੱਖ ਪਾਰਟੀ ਗਿਣੀ ਜਾਂਦੀ ਹੈ ਅਤੇ ਇਹਨਾਂ ਨੂੰ ਬਹੁਤ ਘੱਟ ਵੋਟ ਪੈਣੀ ਆ, ਸਮਝੋ ਵੀ ਉਹ ਵੋਟ ਕਿਸੇ ਨਾ ਕਿਸੇ ਪਾਰਟੀ ਨੂੰ ਹਿੱਟ ਕਰ ਰਹੇ ਆ। ਅੱਛਾ, ਜਿਹੜੇ ਇਸ ਵਾਰ ਤੇ ਇਲੈਕਸ਼ਨ ਹੋਣਗੇ ਇਹ ਮੁੱਦਿਆਂ ਦੇ ਇਲੈਕਸ਼ਨ ਹੋਣਗੇ ਜਾਂ ਲੋਕਲ ਕੈਂਡੀਡੇਟ ਦੇ ਇਲੈਕਸ਼ਨ ਹੋਣਗੇ? ਇਸ ਵਾਰ ਇਲੈਕਸ਼ਨ ਬਿਲਕੁਲ ਬਲੋ ਦੀ ਬੈਲਟ ਹੈ, ਕੋਈ ਕਿਸੇ ਦਾ ਮੁੱਦਾ ਨਹੀਂ, ਬਿਲਕੁਲ ਮੁੱਦਾਹੀਣ ਹੈ। ਇੱਕ ਦੂਜੇ 'ਤੇ ਜਾਤੀ ਅਟੈਕ ਕੀਤੇ ਜਾ ਰਹੇ ਆ, ਮੰਦਰ ਮਸਜਿਦ ਧਰਮ ਮੁਸਲਮਾਨ ਸਿੱਖ ਹਿੰਦੂ ਇਹੋ ਕੁਛ ਹੀ ਗਾਇਆ ਜਾ ਰਿਹਾ, CA 35,000 ਇਹਦੇ ਨਾਲ ਮੈਂ ਕੀ ਲੈਣਾ 35,000 ਨੂੰ, ਜਾਂ ਮੈਂ ਕੀ ਲੈਣਾ ਮੰਦਰ ਤੋਂ, ਜਾਂ ਇਹ ਬਾਊ ਜੀ ਨੇ ਕੀ ਲੈਣਾ ਮੰਦਰ ਤੋਂ? ਮਾਸਤਾ ਸਾਡੀ ਮੇਰੀ ਹੈ, ਪਾਰਟੀ ਕੌਣ ਹੈ ਵਿੱਚ ਮੰਦਰ ਦੇ ਵਿੱਚ? ਪਾਰਟੀਆਂ ਕਿਉਂ ਵੜਦੀਆਂ ਨੇ ਮੰਦਰ ਦੇ ਵਿੱਚ ਜਾਂ ਗੁਰਦੁਆਰੇ 'ਚ? ਪਾਰਟੀਆਂ ਕਿਉਂ ਵੜਦੀਆਂ ਨੇ? ਇਹ ਇੰਡੀਵਿਜੁਅਲ ਆਦਮੀ ਦੀ ਹੱਕਣੀ ਆਸਥਾ ਹੈ, ਉਹ ਆਦਮੀ ਤੱਕ ਹੀ ਰਹਿਣ ਦੇਣੀ ਚਾਹੀਦੀ, ਕੋਈ ਪਾਰਟੀ ਕਿਸੇ ਦੀ ਧਰਮ ਦੀ ਵਕਾਲਤ ਨਾ ਕਰੇ। ਔਰ ਇਹ ਕਿਉਂਕਿ ਸਾਰੀਆਂ ਪਾਰਟੀਆਂ ਇਸ ਧਰਮ ਵਾਲੇ ਇਸ ਪਾਸੇ ਵੜ ਗਈਆਂ, ਲੋਕਾਂ ਦੇ ਮੁੱਦੇ ਖਤਮ ਹੈ, ਧਰਮ ਦੀ ਲੜਾਈ ਰਹਿ ਗਈ ਹੈ। ਇੱਕ ਵੋਟਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਆਮ ਵੋਟਰ ਨੂੰ ਕੀ ਕਹਿਣਾ ਚਾਹੁੰਦੇ ਹੋ? ਵੋਟਰ ਇਕੱਲਾ ਕੀ ਕਰ ਸਕਦਾ, ਇਹ ਤਾਂ ਲੋਕ ਵੋਟਰ ਤਾਂ ਰੱਬ ਹੈ ਜੀ। ਮੈਂ ਇੱਕ ਵੋਟ ਜੀ ਉਹਦੀ ਉਹ ਤਾਂ ਵਿਚਾਰਾ ਪਾ ਦੂਗਾ ਜਿਹਨੂੰ ਪਾ ਦੂਗਾ। ਗੱਲ ਤਾਂ ਇਹ ਵੀ ਜਿਹੜੇ ਹੱਥ ਕੰਡੇ ਵਰਤੇ ਜਾ ਰਹੇ ਆ, ਜਿਹੜੀ ਸਿਸਟਮ ਇੱਕ ਦੂਜੇ ਨੂੰ ਨਫ਼ਰਤ ਫੈਲਾਈ ਜਾ ਰਹੀ ਹੈ, ਇੱਕ ਦੂਜੇ ਦੇ ਵਾਲਾਂ ਨੂੰ ਪੈਰੇ ਇੱਕ ਦੂਜੇ ਦੇ ਨੂੰ, ਇੱਕ ਦੂਜੇ ਨੂੰ ਅਸੀਂ ਕਰ ਰਹੇ ਹਾਂ ਟੀਜ਼ ਕਰ ਰਹੇ ਹਾਂ, ਇਹ ਗਲਤ ਹੈ। ਬਿਲਕੁਲ, ਵੋਟ ਐਜ ਏ ਮੈਨੂੰ ਇੰਡੀਅਨ ਐਜ ਏ ਵੋਟ ਪਾਉਣੀ ਚਾਹੀਦੀ ਹੈ, ਮੈਨੂੰ ਐਜ ਏ ਕੋਈ ਮਤਲਬ ਪਾਰਟ ਆਪਣੇ ਮਜ਼ਹਬ ਦੇ ਨਾਂ 'ਤੇ ਕੋਈ ਵੋਟ ਨਹੀਂ ਹੋਣੀ ਚਾਹੀਦੀ, ਔਰ ਮਜ਼ਹਬ ਦੇ ਵੱਲ ਨੂੰ ਜਾ ਰਹੇ ਹਾਂ ਆਪਾਂ। ਬਿਲਕੁਲ ਠੀਕ ਹੈ ਜੀ। ਮੁਸਲਮਾਨ ਮੁੱਦਾ, ਮੁਸਲਮਾਨ ਮੁੱਦਾ, ਮੁਸਲਮਾਨ ਇਸ ਦੇਸ਼ ਦੇ ਕੰਟਰੀ ਦੇ ਹੈਗੇ ਨੇ, ਮੁਸਲਮਾਨ ਤਾਂ ਬਸ ਜੇ ਤੂੰ ਆਪਣੇ ਸਿਟੀਜ਼ਨ ਨੇ ਉਹ ਜਿਹੜੇ ਹੈਗੇ, ਉਹਨਾਂ ਤੇ ਉਹਨਾਂ ਦੇ ਤਾਂ ਹੱਕ ਬਣਦੇ ਹੀ ਆ, ਜਿਹੜੇ ਕੋਈ ਬਾਹਰੋਂ ਇੰਟਰੂਡਰਸ ਹੈ ਦੇ ਮਸਟ ਵੀ ਮਤਲਬ ਬਾਹਰ ਕੱਢ ਦੇਣੇ ਚਾਹੀਦੇ ਆ। ਹਾਂ।
ਚਲੋ ਕਾਲੋ ਸਾਹਿਬ, ਅਸੀਂ ਤੁਹਾਡੀ ਜਿਹੜਾ ਮੈਸੇਜ ਹੈ ਇਹ ਆਮ ਲੋਕਾਂ ਤੱਕ ਅਤੇ ਉਹਨਾਂ ਕੈਂਡੀਡੇਟ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਸਮਝਦੇ ਹਾਂ ਜੀ, ਔਰ ਜ਼ਰੂਰ ਪਹੁੰਚਾਵਾਂਗੇ। ਹਮਲੇ ਨਾ ਕਰੋ, ਲੋਕਾਂ ਦੀ ਰਾਏ, ਲੋਕਾਂ ਦੇ ਮੁੱਦੇ ਲਓ, ਲੋਕਾਂ ਨੂੰ ਕਿੱਦਾਂ ਡਿਵੈਲਪਮੈਂਟ। 145 ਕਰੋੜ ਬੰਦੇ ਵਾਲੇ ਮੂੰਹ ਖਾਣ ਨੂੰ ਬੈਠਾ ਅਤੇ ਤੁਸੀਂ ਸਿਰਫ ਆਪਣੇ ਜਿਹੜੇ ਆ ਧਰਮ ਦੇ ਮੁੱਦੇ ਲੈ ਕੇ ਤੁਰੇ ਹੋ, 145 ਕਰੋੜ ਬੰਦੇ ਬਾਰੇ ਸੋਚੋ। ਬਿਲਕੁਲ ਠੀਕ ਹੈ ਜੀ। ਸਰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਕੀ ਸ਼ੁਭ ਨਾਮ ਸਰ ਆਪਣਾ? ਸਤਿੰਦਰ ਬਰਾੜ ਜੀ। ਬਰਾੜ ਸਾਹਿਬ, ਕਿੰਨੇ ਸਾਲ ਹੋ ਗਏ ਚੰਡੀਗੜ੍ਹ ਦੇ ਵਿੱਚ ਤੁਹਾਨੂੰ? 20 ਸਾਲ ਹੋ ਗਏ ਜੀ। 20 ਸਾਲ, ਅਤੇ ਜਿਹੜੇ ਹੁਣ ਤੱਕ ਦੇ ਇਲੈਕਸ਼ਨ ਹੋਏ ਆ ਅਤੇ ਜਿਹੜੇ ਹੁਣ ਇਲੈਕਸ਼ਨ ਹੋਣ ਜਾ ਰਹੇ 2024 ਦੇ, ਕੀ ਫਰਕ ਮਹਿਸੂਸ ਕਰਦੇ ਹੋ? ਭੰਬਲ ਭੂਸਾ ਪਾਤਾ ਜਮਾਂ ਹੀ, ਮੇਰੇ ਵਰਗੇ ਬੰਦੇ ਤੂੰ ਨਹੀਂ ਸਮਝ ਲੱਗਦੀ ਵੀ ਕਰੀਏ ਤਾਂ ਕਰੀਏ ਕੀ। ਜਿਹਦੇ ਨਾਲ ਨੂੰ ਮੂਡ ਬਣਾਈ ਦਾ ਉਹ ਅਗਲੇ ਦਿਨ ਡੱਡੂ ਵਾਂਗੂ ਦੂਜੇ ਛਾਬੇ ਜਾ ਕੇ ਬਹਿ ਜਾਂਦਾ, ਕਰੀਏ ਕੀ ਹੁਣ? ਭੰਬਲ ਭੂਸਾ ਜੀ, ਸਮੀਕਰਨ ਆਖਿਆ ਭੰਬਲ ਭੂਸਾ ਜਿਹੜੇ ਤਾਂ ਮੈਂ ਦੋ ਮੇਰੇ ਸਾਰੇ ਹੀ ਦੋਸਤ ਆ, ਜੇ ਤਾਂ ਕਿਸੇ ਭਾਜਪਾ ਜੀ ਕੋਲ ਬਹਿ ਜਾਣਾ ਅਤੇ ਉਹ ਅੰਨੀ ਭਗਤੀ ਆਪਦੀ ਘੁੱਟਣ ਲੱਗ ਜਾਂਦਾ ਅਤੇ ਉਹਦਾ ਵੀ ਐਤ ਕੀ 400 ਤੋਂ ਵੀ ਖਣੀ ਗਾਂ। ਅਤੇ ਜਿਹੜਾ ਕਿ ਦੂਜੇ ਹੁੰਦੇ ਆ ਸੋਸ਼ਲ ਮੀਡੀਆ ਵੇਖ ਲਓ, ਉਹ ਕਹਿੰਦੇ ਇਹਨਾਂ ਤੋਂ 150 ਨੂੰ ਟਿੱਪਿਆ ਜਾਣਾ। ਇਸ ਵਾਰ ਮੈਨੂੰ ਕੱਖ ਨਹੀਂ ਪਤਾ ਪੁਤਾ ਦਾ, ਅੱਧੋ ਚਲਾ ਜਾ ਕਰ ਲਓ ਬਸ, ਤੁਸੀਂ ਆਪ ਹੀ ਸਿਆਣੇ ਜੇ ਫਿਰ। ਅਤੇ EVM ਬਾਰੇ ਕੀ ਜਾਣਦੇ ਹੋ ਸਰ ਤੁਸੀਂ? EVM ਕੀ ਹੈ? ਨਹੀਂ ਮੈਨੂੰ, ਮੈਂ ਕਿਹੜਾ ਇੰਜੀਨੀਅਰ ਰਿਹਾ ਯਾਰ, ਮੈਂ ਤਾਂ ਦੇਸੀ ਬੰਦਾ, ਮੈਨੂੰ ਇੰਨੀ ਬਾਹਲੀ ਜਾਣਕਾਰੀ ਨਹੀਂ। ਕੁਛ ਆਖੀ ਜਾਂਦੇ ਗਲਤ ਆ, ਕੁਛ ਆਖੀ ਜਾਂਦੇ ਠੀਕ ਠਾਕ ਆ, ਵੀ ਇਹ ਗਲਤ ਆ ਤਾਂ ਪ੍ਰੂਵ ਕਰ ਦਿਓ ਅਦਾਲਤ ਮੂਹਰੇ। ਅਦਾਲਤ ਨੇ ਤਾਂ ਕੱਲ੍ਹ ਅੱਜ ਪੱਠਾ ਹੀ ਬਾਤਾਂ ਦੇ, ਜਾਓ ਜਾਓ ਦਫਾ ਹੋ ਪਰਾਂ। ਉਹ ਹਾਂ ਤਾਂ ਪ੍ਰੂਫ ਹੋ ਹੀ ਨਹੀਂ ਗੀ, ਆਖੀ ਜਾਂਦੇ ਆ ਵੀ ਸਾਰੀਆਂ ਕਮਲ ਦੇ ਫੁੱਲ ਨੂੰ ਪੈਂਦੀਆਂ, ਕਮਲ ਦੇ ਫੁੱਲ ਨੂੰ ਪੈਂਦੀਆਂ, ਵੀ ਸਾਬਤ ਕਰ ਦਿਓ ਕੰਜਰੋ। ਮੈਨੂੰ ਇੰਨੀ ਬਾਹਲੀ ਸਮਝ ਆ ਨਹੀਂ ਰਾਜਨੀਤੀ ਦੀ, ਮੈਂ ਦੇਸੀ ਜਿਹਾ ਬੰਦਾ। ਤਲਵਾਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰ ਕਿੰਨਾ ਟਾਈਮ ਹੋ ਗਿਆ ਚੰਡੀਗੜ੍ਹ ਦੇ ਵਿੱਚ? 40 ਸਾਲ ਹੋ ਗਏ ਮੈਨੂੰ ਚੰਡੀਗੜ੍ਹ। ਸਰ ਕਿਹੜੇ ਡਿਪਾਰਟਮੈਂਟ 'ਚ ਸੀਗੇ ਤੁਸੀਂ? ਮੈਂ ਇੱਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਸੀ। ਇੰਸ਼ੋਰੈਂਸ ਕੰਪਨੀ? ਹਾਂਜੀ ਹਾਂਜੀ। 40 ਸਾਲ ਤੋਂ ਬੜਾ ਕੁਛ ਸਰ ਬਦਲਦਾ ਦੇਖਿਆ ਤੁਸੀਂ ਚੰਡੀਗੜ੍ਹ ਦੇ ਵਿੱਚ, ਅਤੇ ਇਸ ਵਾਰ ਜਿਹੜੇ ਇਲੈਕਸ਼ਨਸ ਨੇ 2024 ਦੇ ਅਤੇ ਪਿਛਲੇ ਇਲੈਕਸ਼ਨਸ, ਅਤੇ ਕਿਸ ਤਰ੍ਹਾਂ ਦੇ ਸਮੀਕਰਨ ਦੇਖਦੇ ਹੋ ਤੁਸੀਂ? ਦੇਖੋ ਇਹ ਜਿਹੜਾ ਸਾਡਾ ਗਰੁੱਪ ਹੈ, ਇਹ ਸਾਰੇ ਰਿਟਾਇਰਡ ਅਤੇ ਸੀਨੀਅਰ ਬੰਦਿਆਂ ਦਾ ਗਰੁੱਪ ਹੈ। ਇੱਥੇ ਅਸੀਂ ਦਿਨ ਰਾਤ ਗੁੱਥਮ ਗੁੱਥੀ ਆਪਸ ਦੇ ਵਿੱਚ ਹੋ ਜਾਂਦੇ ਹਾਂ। ਹਰ ਬੰਦੇ ਦਾ ਆਪਣਾ ਆਪਣਾ ਵਿਚਾਰ ਹੈ, ਕੋਈ BJP ਦਾ ਸਪੋਰਟਰ ਹੈ, ਮੈਂ ਇਹ ਭਗਵੇ ਕੱਪੜੇ ਪਾ ਲਏ ਅਤੇ ਮੈਨੂੰ ਹੀ ਕਹਿ ਦਿੰਦੇ ਵੀ ਇਹ BJP ਦਾ ਬੰਦਾ ਹੈਗਾ। ਕੁਸ਼ਚਨ ਇਹ ਹੈ ਕਿ ਜਿਹੜਾ ਵੀ ਬੰਦਾ ਆਏ ਉਹਨੂੰ ਆਪਣੇ ਏਰੀਏ ਦੀ ਤਰੱਕੀ ਦੇ ਬਾਰੇ ਸੋਚਣਾ ਚਾਹੀਦਾ, ਉਹਦੀ ਇੰਪਰੂਵਮੈਂਟ ਦੇ ਬਾਰੇ ਸੋਚਣਾ ਚਾਹੀਦਾ, ਲੋਕਾਂ ਦੀਆਂ ਫੈਸਿਲਿਟੀਆਂ ਵਧਾਉਣ ਦੇ ਬਾਰੇ ਸੋਚਣਾ ਚਾਹੀਦਾ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿਆਂਗਾ, ਇਹਨੂੰ ਕਿਸੇ ਪਾਰਟੀ ਦੇ ਨਾਲ ਨਹੀਂ ਜੋੜਨਾ। ਸਾਡੇ ਹੀ ਗਰੁੱਪ ਦੇ ਵਿੱਚੋਂ ਇੱਕ ਬੰਦਾ MC ਦੇ ਲਈ ਪਿਛਲੀ ਵਾਰੀ ਖਲੋਣ ਲੱਗਾ ਸੀਗਾ, ਉਹਦੀ ਜਗ੍ਹਾ ਕੋਈ ਦੂਜਾ ਬੰਦਾ ਜਿੱਤਿਆ, ਔਰ ਜਿੰਨਾ ਉਹ ਬੰਦਾ ਵਧੀਆ ਕੰਮ ਕਰ ਰਿਹਾ, ਮੈਂ ਤੁਹਾਨੂੰ ਦੱਸਾਂ, ਇੱਥੇ ਇੱਕ ਇੱਕ ਬੰਦੇ ਨੂੰ ਤੁਸੀਂ ਪੁੱਛੋ ਅਸੀਂ ਹੈਰਾਨ ਹਾਂ, ਔਰ ਉਹਦਾ ਨਤੀਜਾ ਕੀ ਨਿਕਲੇਗਾ। ਮੈਂ ਬੰਦੇ ਦੀ ਸਪੋਰਟ ਨਹੀਂ ਕਰ ਰਿਹਾ ਹੈਗਾ, ਲੇਕਿਨ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਉਹਦਾ ਨਤੀਜਾ ਕੀ ਨਿਕਲੇਗਾ। ਅਗਲੀ ਵਾਰੀ ਉਹਨੂੰ ਕਿਸੇ ਦੇ ਪਿੱਛੇ, ਜਿਹਨੂੰ ਮਰਜ਼ੀ ਪੁੱਛ ਲਓ ਇਹਨਾਂ 'ਚੋਂ, ਉਹਨੂੰ ਕਿਸੇ ਦੇ ਅੱਗੇ ਪਿੱਛੇ ਦੌੜਨ ਦੀ, ਵੋਟ ਲੈਣ ਦੀ ਜ਼ਰੂਰਤ ਨਹੀਂ ਹੈਗੀ। ਹਰ ਬੰਦਾ ਉਹਨੂੰ ਵੋਟ ਪਾਏਗਾ, ਕੰਮ ਨੂੰ ਵੋਟ ਪਾਏਗਾ। ਕੰਮ ਮੈਂ ਕਹਿੰਦਾ ਬੰਦਾ ਉਹਨਾਂ ਕੰਮ ਕਰ ਹੀ ਨਹੀਂ ਸਕਦਾ ਜਿੰਨਾ ਉਹ ਬੰਦਾ ਕਰ ਰਿਹਾ। ਤੁਸੀਂ ਕਿਸੇ ਹੋਰ ਬੰਦੇ ਨੂੰ ਜਦੋਂ ਇੱਥੋਂ ਨਿਕਲੋਗੇ ਪੁੱਛਣਾ, ਜਨਾਨੀਆਂ ਕਿਸੇ ਨੂੰ ਪੁੱਛਣਾ, ਉਹ ਗਰੁੱਪ ਨੂੰ ਦੇਖਣਾ ਜਿਹਦੇ ਵਿੱਚ ਲੋਕ ਆਪਣੇ ਘਰ ਦੇ ਬਾਹਰ ਜੇ ਕੂੜਾ ਵੀ ਪਿਆ ਉਹ ਵੀ ਉਹਨੂੰ ਕਹਿੰਦੇ ਚੁਕਾਓ, ਚੁਕਾਉਂਦਾ ਦਵਾ ਦਾ, ਉਹਨੂੰ ਕਹਿੰਦੇ ਆ ਪੇੜ ਦੀਆਂ ਟਹਿਣੀਆਂ ਕਟਾਓ, ਕਟਾਉਂਦਾ ਹੈਗਾ। ਉਹ ਇੱਕ ਇਸ ਤਰ੍ਹਾਂ ਦੇ ਸਾਨੂੰ ਨੇਤਾ ਚਾਹੀਦੇ ਨੇ। ਸਾਨੂੰ ਕੋਈ, ਅਸੀਂ ਕੁਛ ਨਹੀਂ ਲੈਣਾ ਉਹ ਕਿਹੜੀ ਪਾਰਟੀ ਦਾ, ਸਾਡਾ ਉਹਨਾਂ ਕੋਈ ਲੈਣ ਦੇਣ ਨਹੀਂ। ਸਾਡਾ ਉਸ ਨੇਤਾ ਦੇ ਨਾਲ ਲੈਣ ਦੇਣ ਹੈ ਜਾਂ ਲੈਣ ਦੇਣ ਹੋਣਾ ਚਾਹੀਦਾ ਜਿਹੜਾ ਲੋਕਾਂ ਦੀ ਭਲਾਈ ਦੇ ਲਈ ਆਪਣੀ ਪੂਰੀ ਜਿੰਦ ਜਾਨ ਲਾ ਦੇ।
ਨਾ ਕਿ ਆਪਣੇ ਕੋਈ ਫਾਇਦੇ ਦੇ ਲਈ ਜਾਂ ਆਪਣੇ ਇੱਕ ਵਾਰੀ ਵੋਟਾਂ ਪਾਈਆਂ ਉਸ ਤੋਂ ਬਾਅਦ ਗਾਇਬ ਹੋ ਗਏ ਫਿਰ ਦੁਬਾਰਾ ਨਜ਼ਰ ਨਾ ਆਏ। ਅਸੀਂ ਉਹਨਾਂ ਲੋਕਾਂ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ। ਇੱਥੇ ਸਾਡੇ ਗਰੋਹ 'ਚ ਪਹਿਲੇ ਵੀ ਦੋ ਤਿੰਨ ਵਾਰੀ ਬੜੀ ਬਹਿਸ ਹੋਈ ਹੈ। ਮੈਂ ਇਹ ਕਹਿੰਦਾ ਕਿ ਅਸੀਂ ਅਨਪੜ੍ਹਾਂ ਲਈ ਗੱਲ ਨਾ ਕਰੀਏ, ਅਸੀਂ ਪੜ੍ਹੇ ਲਿਖੇ ਬੰਦਿਆਂ ਲਈ ਗੱਲ ਕਰੀਏ। ਕਿਉਂਕਿ ਜਿੱਥੇ ਵੀ EVM ਦੇਖੋ, ਜਿੱਥੇ ਵੀ EVM, ਇੱਕ ਮੈਂ ਇੱਕ ਪਿੱਛੇ ਵੀਡੀਓ ਦੇਖੀ, ਮੈਂ ਆਪਣੇ ਇੱਥੇ ਯਾਰਾਂ ਦੋਸਤਾਂ ਨੂੰ ਵੀ ਭੇਜੀ, ਸੁਬਰਾਮਨੀਅਮ ਸਵਾਮੀ ਦੀ। ਉਹ ਹਰ ਡਾਇਲਾਗ ਦੇ ਵਿੱਚ ਮੋਦੀ ਨੂੰ ਗਾਲਾਂ ਕੱਢ ਰਿਹਾ, ਹਰ ਡਾਇਲਾਗ 'ਚ ਚੋਰ ਕਹਿ ਰਿਹਾ, ਇਹ ਕਹਿ ਰਿਹਾ, ਉਹ ਕਹਿ ਰਿਹਾ, ਇਹ ਵੀ ਕਹਿ ਰਿਹਾ ਕਿ ਮੈਂ ਤਾਂ ਇਸੇ ਪਾਰਟੀ ਦਾ ਮੈਂਬਰ ਹਾਂ, ਮੈਨੂੰ ਕਿਉਂ ਨਹੀਂ ਕੱਢਦੇ। ਲੇਕਿਨ ਉਹਦੇ 'ਚ ਜਦੋਂ ਉਹਨੂੰ ਜਿਹੜੇ TV ਵਾਲਿਆਂ ਨੇ ਉਹਨੂੰ ਸਵਾਲ ਕੀਤਾ, ਉਹ ਜਿਹੜੀ ਲੇਡੀ ਹੈ, ਕਿ EVM 'ਤੇ ਉਹ ਦੱਸੋ, ਅਤੇ ਉਹ ਭੜਕ ਗਿਆ ਇੱਕਦਮ। ਉਹ ਕਹਿੰਦਾ ਜਿੰਨੇ ਅਨਪੜ੍ਹ ਅਤੇ ਬੇਵਕੂਫ ਬੰਦੇ ਨੇ ਉਹ EVM ਦੇ ਉੱਤੇ ਕੁਐਸਚਨਿੰਗ ਕਰਦੇ ਨੇ। ਉਹ ਕਹਿੰਦਾ ਮੈਂ ਇਹਦੇ ਵਿੱਚ ਇਨਵੋਲਵ ਰਿਹਾ, ਮੈਨੂੰ ਇਹਦਾ ਪ੍ਰੋਸੈਸ ਦਾ ਪਤਾ, ਇਹਦੇ ਕੋਈ ਹੇਰਾਫੇਰੀ ਨਹੀਂ ਹੋ ਸਕਦੀ। ਮੈਂ ਇਹੀ ਗੱਲ ਕਰਨ ਵਾਸਤੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ EVM ਦੇ ਨਾਲ ਇੱਕ VVPAT ਹੈ, VVPAT ਬਾਰੇ ਕੁਛ ਦੱਸ ਸਕਦੇ ਹੋ ਤੁਸੀਂ? ਨਹੀਂ, ਸੁਣੋ, ਉਹਦੇ 'ਚ ਕੀ ਹੈ ਕਿ ਜਦੋਂ ਤੁਸੀਂ ਵੋਟ ਪਾਉਂਦੇ ਹੋ, ਇੱਕ ਪਰਚੀ ਹੈ ਜਿਹਦੇ ਉੱਤੇ ਉਹ ਸਟੈਂਪ ਲੱਗਦੀ ਹੈ ਇਸ ਬੰਦੇ ਦੀ, ਜਦੋਂ ਥੱਲੇ ਜਾਂਦਾ ਹੈਗਾ। ਲੇਕਿਨ ਤੁਸੀਂ ਇਹ ਵੀ ਪੜ੍ਹਿਆ ਹੋਏਗਾ ਕਿ ਹਰ ਏਰੀਏ ਦੇ ਵਿੱਚ 5 ਇਸ ਤਰ੍ਹਾਂ ਦੇ ਬੂਥ ਹੁੰਦੇ ਨੇ ਜਿਹਦੀ 100% ਜਿਹੜੀ ਹੈ ਉਹਨੂੰ ਦੁਬਾਰਾ ਚੈੱਕ ਕੀਤਾ ਜਾਂਦਾ ਹੈਗਾ। ਇਹ ਜੇ ਸਾਨੂੰ ਵਹਿਮ ਹੈਗਾ ਤਾਂ ਉਹਨੂੰ ਥੋੜ੍ਹਾ ਜਿਹਾ ਨੰਬਰ ਨੂੰ ਵਧਾ ਲਿਆ ਜਾਏ। ਲੇਕਿਨ ਇਹ ਕਹਿਣਾ ਵੀ ਇਹ ਫਰੋਡ ਹੈਗਾ, ਮੈਂ ਤਾਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਕਿ ਇਹ ਫਰੋਡ ਹੈਗਾ। ਥੋੜ੍ਹਾ ਜਿਹਾ ਮੈਂ ਇੰਜੀਨੀਅਰ ਵੀ ਹੈਗਾ, ਮੈਂ ਥੋੜ੍ਹੀ ਜਿਹੀ ਟੈਕਨੀਕਲ ਚੀਜ਼ ਨੂੰ ਵੀ ਸਮਝਦਾ, ਉਹਦੇ ਅੰਦਰ ਪ੍ਰੋਗਰਾਮੇਬਲ ਮੈਮਰੀ ਹੁੰਦੀ ਨਹੀਂ ਹੈ। ਮੈਂ ਉਹਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਸਾਨੂੰ ਵਾਕਈ ਇਹ 'ਤੇ ਜ਼ਿਆਦਾ ਸ਼ੱਕ ਨਹੀਂ ਕਰਨਾ ਚਾਹੀਦਾ। ਸਪੋਜ਼ ਕਰੋ ਚੰਡੀਗੜ੍ਹ ਦੇ ਵਿੱਚ ਆਪਾਂ ਆਪਣੇ 15 ਕੈਂਡੀਡੇਟ ਖੜ੍ਹੇ ਹੁੰਦੇ ਆ, 15 ਕੈਂਡੀਡੇਟ ਖੜ੍ਹੇ ਹੁੰਦੇ ਆ, ਜਦੋਂ ਫਾਈਨਲੀ ਲਿਸਟ ਬਣਦੀ ਆ ਉਹ ਤੋਂ ਕਿੰਨੇ ਦਿਨ ਰਹਿੰਦੇ? ਉਹ ਤੋਂ ਬਾਅਦ 15 ਦਿਨ ਰਹਿੰਦੇ ਆ ਇਲੈਕਸ਼ਨ ਨੂੰ, ਕਿੰਨੇ ਕੁ ਦਿਨ ਰਹਿੰਦੇ ਆ? ਜੀ, 15 ਦਿਨ ਉਹ ਬੰਦਿਆਂ ਦਾ ਅਲਫਾਬੈਟੀਕਲੀ ਸਿੰਬਲ ਲੱਗਦਾ ਹੈ ਅਤੇ ਪ੍ਰੀ ਡਿਸਾਈਡ ਹੋ ਨਹੀਂ ਸਕਦਾ। ਉਹਨਾਂ 15 ਦਿਨਾਂ 'ਚ ਆ ਕੇ ਕੋਈ ਇੱਥੇ ਹੇਰਾਫੇਰੀ ਨਹੀਂ ਕਰ ਸਕਦਾ। ਮਸ਼ੀਨਾਂ 'ਚ ਹੇਰਾਫੇਰੀ ਕਰਨੀ ਥੋੜ੍ਹੀ ਜਿਹੀ ਹੈ। ਹਾਂ, ਜਿੱਦਾਂ ਪਰਸੋਂ 'ਚ ਉਹਦੇ ਇੱਕ ਵੀਡੀਓ ਆਈ ਆ, ਉਹਦੇ ਵਿੱਚ ਪਤਾ ਨਹੀਂ ਕਿੱਥੋਂ ਦਾ ਬੂਥ ਆ, ਇੱਕ ਲੇਡੀ ਜਿਹੜੀ ਆ ਉਹ ਫੜ ਫੜ ਕੇ ਸਾਰਿਆਂ ਦੇ ਅੰਗੂਠੇ ਫੜ ਫੜ ਕੇ ਲਵਾ ਰਹੀ ਹੈ। ਉਹ ਵੀਡੀਓ ਬੜੀ ਵਾਇਰਲ ਹੋਈ ਆ, ਪਤਾ ਨਹੀਂ ਕਿੱਥੋਂ ਦੀ ਹੈ, ਪਰ ਉਹ ਛੱਤੀਸਗੜ੍ਹ ਦੀ। ਇਹ ਕੰਮ ਬੰਦ ਹੋਣਾ ਚਾਹੀਦਾ, ਬਿਲਕੁਲ ਠੀਕ ਹੈ। ਹਾਂ, ਛੱਤੀਸਗੜ੍ਹ ਕਿਉਂਕਿ ਅਲਫਾਬੈਟੀਕਲੀ ਜਦੋਂ ਨਾਂ ਉੱਤੇ ਆਉਂਦੇ ਆ, ਸਿੰਬਲ ਆਉਂਦੇ ਆ, ਅਤੇ ਉਹ ਤੋਂ ਬਾਅਦ 'ਚ ਡਿਸਾਈਡ ਹੋਣੇ ਆ ਜਦੋਂ ਤੁਹਾਡੇ ਕੈਂਡੀਡੇਟ ਡਿਸਾਈਡ ਹੋਣੇ ਆ। ਬਿਲਕੁਲ, ਲੋਕਾਂ ਨੇ ਵਾਪਸ ਕਾਗਜ਼ ਲੈ ਲਏ, ਉਦੋਂ ਤੁਹਾਡੇ ਜਿਹੜਾ ਉਹ ਅਲਫਾਬੈਟੀਕਲੀ ਤੁਹਾਡੇ ਜਿਹੜੇ ਆ ਉਹ ਤੁਹਾਡਾ ਨਾਂ ਜਿਹੜਾ EVM ਮਸ਼ੀਨ ਦੇ ਉੱਤੇ ਆਉਣਾ। ਬਿਲਕੁਲ ਠੀਕ, ਠੀਕ ਹੈ ਨਾ? ਅਤੇ ਹੇਰਾਫੇਰੀ ਦੀਆਂ ਚਾਂਸਿਸ ਕਾਫੀ ਘੱਟ ਹੈ। ਤੋ ਸਰ, ਇਸ ਸਮੇਂ ਲੋਕ ਸਭਾ ਇਲੈਕਸ਼ਨ ਕਾ ਦੌਰ ਹੈ, ਤੋ ਆਪ ਇਸ ਵਾਰ ਚੰਡੀਗੜ੍ਹ ਕੇ ਲੋਕ ਸਭਾ ਇਲੈਕਸ਼ਨ ਕੋ ਕੈਸੇ ਦੇਖ ਰਹੇ ਹੈ? ਚੰਡੀਗੜ੍ਹ ਕਾ ਤੋ ਪਤਾ ਨਹੀਂ, ਪਰ ਹਮੇ ਮੈਂ ਆਪਣੇ ਵਿਚਾਰ ਵਿਅਕਤ ਕਰ ਸਕਤਾ ਹੂੰ ਜੀ। ਕਿਸੀ ਵੀ ਦੇਸ਼ ਕੋ ਇਹਦੀ ਤਰੱਕੀ ਕਰਨੀ ਹੈ ਤੋ ਉਸਕਾ ਐਜੂਕੇਸ਼ਨ, ਹੈਲਥ ਐਂਡ ਜਸਟਿਸ ਇਹ ਸਟਰੋਂਗ ਹੋਣਾ ਚਾਹੀਏ। ਬਿਲਕੁਲ ਠੀਕ ਹੈ। ਯਦੀ ਇਹ ਤਿੰਨੋਂ ਵੀਕ ਹੈ, ਉਹ ਦੇਸ਼ ਕਭੀ ਤਰੱਕੀ ਨਹੀਂ ਕਰ ਸਕਦਾ। ਇਹਦੀ ਐਜੂਕੇਸ਼ਨ ਸਿਸਟਮ ਉਸਕਾ ਬੜੀਆ ਨਹੀਂ ਹੈ, ਜਸਟੀਫਿਕੇਸ਼ਨ ਲੋਕੋਂ ਕੋ ਨਹੀਂ ਮਿਲ ਰਿਹਾ ਹੈ, ਔਰ ਹੈਲਥ ਕੀ ਤਰਫ ਉਨਕਾ ਧਿਆਨ ਨਹੀਂ ਦਿਆ ਜਾ ਰਹਾ ਹੈ। ਇਹ ਤਿੰਨ ਮੁੱਦੇ ਹੈ ਜਿਹਦੀ ਜੋ ਪਾਰਟੀ ਇਨ ਪੇ ਫੋਕਸ ਕਰ ਰਹੀ ਹੈ, ਵੀ ਸ਼ੁਡ ਵੋਟ ਫਾਰ ਦੈਮ। ਦੈਟਸ ਅੰਤਰ। VVPAT ਮਸ਼ੀਨ ਕੇ ਬਾਰੇ ਮੈਂ ਆਪ ਜਾਣਤੇ? ਹਾਂ, VVPAT ਕੇ ਬਾਰੇ ਮੈਂ ਜਾਣਤਾ ਹੂੰ। ਲੇਕਿਨ ਉਸਕਾ ਕਾਊਂਟਿੰਗ ਨਹੀਂ ਹੈ, ਦੇਰ ਇਜ਼ ਨੋ ਯੂਜ਼ ਆਫ ਹੈਵਿੰਗ VVPAT, ਦੇਰ ਇਜ਼ ਨੋ ਯੂਜ਼, ਇਟ ਇਜ਼ ਯੂਜ਼ਲੈਸ। ਅਨਥਰਟੀ ਸਿਟੀ ਨਹੀਂ ਹੈ ਉਸਮੇ? ਨਾ, ਬਿਲਕੁਲ ਨਹੀਂ ਹੈ। ਇੱਕ ਔਰ ਬਤਾਤਾ ਹੂੰ ਮੈਂ, ਬਿਕਾਜ਼ ਦੈਟ ਅਪੋਜੀਸ਼ਨ ਇਜ਼ ਨਾਟ ਡਿਸਾਈਡਿੰਗ ਕੌਣ ਸੀ, ਉਹ 5% VVPAT ਕੀ ਕਾਊਂਟਿੰਗ ਹੋਗੀ ਜੀ। ਇਟ ਇਜ਼ ਡਿਸਾਈਡਡ ਬਾਈ ਦੋ ਜੋ ਵਹਾਂ ਬੈਠੇ ਹੈ, ਉਹ ਕਿਸਕੇ ਹੈ, ਜੋ ਸਰਕਾਰ ਪਾਵਰ ਹੈ, ਕੋਈ ਵੀ ਹੋ, ਤੋ ਦਿਸ ਇਜ਼ ਨਾਟ ਜਸਟੀਫਾਈਡ। 5% ਵਹੀ ਇਤਨਾ, ਯਦੀ ਹਮ ਦੋ ਮਹੀਨੇ ਯਦੀ ਹਮ ਵੋਟ ਇਲੈਕਸ਼ਨ ਮੈਂ ਲਗਾ ਸਕਤੇ ਹੈ,
क्या चार पाँच दिन हम उसको वोटिंग काउंटिंग में नहीं लगा सकते? आपके हिसाब से बैलेट पेपर पे होनी चाहिए वोटिंग? बैलेट पेपर होता तो उससे बढ़िया मतलब वो नहीं है यदि, लेकिन वी वी पैड पर कर रहे हो काउंटिंग मस्ट भी दे रहे हो, वट इज उसको वी वी पैड लगाने का वट इज द यूज़, क्या है उसका मतलब? ऑथेंटिसिटी के लिए उसकी मैच करने देश ने खर्च करे और उसका काउंट ही नहीं कर रहे हैं तो उसका मतलब क्या है? देयर इज नो यूज़, तो इससे हटाइए दो उसको, ख़त्म करो, वो देखना है बस कहानी ख़त्म। अब वो देखो मैंने जो करना है मैं प्लान करके करूँगा, पाँच पे सही वोटिंग पड़े उसकी काउंटिंग करा दूँगा, वंस आई एम इन पावर तो मैं तो नहीं पाँच का काउंट कराऊँगा ना जो मैंने सही वोटिंग, उससे हाउ यू कैन जस्टिफाइड सारे सही वोट पड़ गए? बिल्कुल ठीक है। अभी अभी त्रिपुरा में हुआ है जिसमें 105% 109% ये वोटें निकली हैं, ये कैसे निकल गए? इट मीन्स और पीपल आर टेलिंग बोला प्रोग्रामेबल नहीं है, इट इज़ प्रोग्रामेबल, इट कैन बी प्रोग्राम, रीड ओनली वो वाला ख़त्म करनी है। अभी इसी सुनो 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 इसी इशू के ऊपर प्रधान ये प्रशांत भूषण जो है वो सुप्रीम कोर्ट में बार बार जाता है ईवीएम के ऊपर ही, और सुप्रीम कोर्ट ने तंग आके परसों उसको इतना गुस्से हुई सुप्रीम कोर्ट, वो कह रही कि तुम कहना क्या चाहते हो, तुम्हें हमारे मुल्क की आबादी का पता है, तुम्हें जर्मनी की आबादी का पता है? उन्होंने वो जुलूस निकाला वहाँ कोर्ट में प्रशांत भूषण का, और उन्होंने कहा कि कॉन्स्टिट्यूशनल अथॉरिटी है इलेक्शन कमीशन ऑफ इंडिया, क्या वो पागल है? सुप्रीम कोर्ट के जज ये भी वकील हैं, इनका ये भी सियाने हैं, लेकिन लेकिन इनके अपने भी जा रहे हैं, मेरे अपने भी जा रहे हैं। सुप्रीम कोर्ट के जज ने उसकी आप देख लीजिए वीडियो देख लीजिए जो लाइव है, वो बेइज्जती की उसने उसके जज ने उसकी के कोई और मैं होता तो मैं भाग जाता मैदान छोड़। आप बताइए जो वोट रेशियो कम हो रही है उसका रीजन क्या है? सर सबसे पहले जैसे अभी बैंगलोर में कहा है, अभी बैंगलोर में एक तो गर्मी बहुत है इसके करके लोग टर्नआउट कम दे रहे हैं, एक तो यही मुद्दा कि लोग बाहर नहीं निकल जाते, और जैसे खास करके एक प्रॉब्लम ये भी है कि वीकडेज में आए थे लोग अपने काम काज को ज़्यादा प्रेफरेंस देते हैं। लेकिन उस दिन तो सरकारी छुट्टी हो जाती है जी। सर कई कंपनीज नहीं करती प्रॉपर, कई कंपनीज नहीं देती, आईटी कंपनीज वोट के लिए आपको कोई रोक नहीं सकता, वोट के लिए आपको छुट्टी मिलती है। और सर एक बात ये भी है जैसे आप कह रहे हो छुट्टी चलो मिल भी जाए, लोग अपनी जिम्मेदार नहीं समझते, लोग उसको अपना जिम्मेवारी वीकेंड समझते हैं, वो उसको एक ऑफ की तरह देखते हैं, क्योंकि फिर वो कहते हैं कि हम वीकेंड में कवर कर लेंगे अपना काम। इसलिए तो ये लोगों को सोचना चाहिए कि अगर आप वोट कर रहे हैं अभी आपकी अपनी आवाज़ है, वो हर पाँच साल पर आपको एक आवाज़ मिलती है, नहीं तो सोशल मीडिया पर आप जितना मर्जी कर लिए आपको कुछ नहीं मिलने वाला, आप वोट करेंगे तभी आपके मुद्दे सॉल्व होंगे। यहाँ पर क्या है कि पिछले 10 साल से ऐसा नुमाइंदा था हमारा जिसने यहाँ पर कोई काम नहीं किया, चंडीगढ़ को 10 साल पीछे ले गए, जो भी प्रोजेक्ट यहाँ पर आए हर एक प्रोजेक्ट को अपोज किया, मेट्रो मोनो कोई भी आया, कोई ब्रिज आया, कोई हाउसिंग स्कीम आया, एवरीथिंग वाज बीइंग अपोज्ड बाय टूथ एंड नेल, एंड सी एज टेकन पर्सनल दैट आई विल नॉट अलाउ दीज थिंग्स टू कंटिन्यू। ऐसा है कि इस चंडीगढ़ के अंदर मैं पिछले 30 साल से रह रहा हूँ, ये जो पिछले 10 साल है ना ये चंडीगढ़ के लिए बहुत बड़ा सेटबैक रहा है। आई एम नॉट क्रिटिसाइजिंग एनी पर्टिकुलर पार्टी और आई एम नॉट सपोर्टिंग एनी पर्टिकुलर पार्टी, बट एट द सेम टाइम यदि कोई लोकल बंदा होता, बिकॉज पैराशूट से आए हुए बंदे को कोई मतलब नहीं यहाँ पर, सी इज़ स्टेइंग फॉर वीक हेयर एंड 2 मंथ्स आउटसाइड बिकॉज सी इज़ बिजी समवेयर एल्स, तो इस करके यहाँ का जो लोकल बंदा है हु कैन अंडरस्टैंड आवर डिफिकल्टीज आवर प्रॉब्लम्स स्पेशली इन दिस सेक्टर्स वेयर द हाउसिंग सोसाइटीज़ हैं, हाउसिंग बोर्ड हैं, वी हैव गॉट नंबर ऑफ प्रॉब्लम्स बट दिस प्रॉब्लम नॉट बीइंग रिजॉल्व्ड, व्हाई बिकॉज दीज पेंडिंग
problems, lease hold to freehold conversion or any security point of view. This is the most insecure sector in Chandigarh, I'm telling you, because I have suffered some losses all. तो इसलिए मैं बता रहा हूँ कि यहाँ का जो लोकल आदमी है, who can look after us, who can be in touch with us. जैसे मैं बता रहा हूँ आपको, यहाँ का हमारा काउंसलर है, ही इज़ वेरी मच डिवोटेड, वेरी मच कंसर्न्ड विद आवर प्रॉब्लम्स. व्हाट एवर द प्रॉब्लम्स वी प्रोजेक्ट, द स्टेट वे द प्रॉब्लम्स आर बीइंग सॉल्व्ड. सो सेम वे हमारा जो नुमाइंदे हैं, MP हमारे होते हैं, तो वो हमारे लोकल हों, हमारी प्रॉब्लम्स को हमारे बीच में बैठ सकें, बात कर सकें. इस बार क्या है, इस बार कैंडिडेट भी दोनों नए हैं, जो इंडिया ब्लॉक के कैंडिडेट हैं. अभी आप पार्टी में और कांग्रेस पार्टी में, बाकी हम इनमें आपस में एक अलायंस हुआ है, सो दैट विल डेफिनेटली बेनिफिट द कांग्रेस पार्टी. एंड दूसरी जो पार्टी है, जो BJP है या अकाली दल है, उनमें भी वोट जो है इक्वली होंगे, बट एट द सेम टाइम दिस विल बेनिफिट द इंडिया ब्लॉक कैंडिडेट. इस बार जो चंडीगढ़ में एक मुद्दा है, BJP वाले कह रहे हैं कि मनीष तिवारी बाहर से है, जबकि कांग्रेस वाले कहते हैं कि मनीष तिवारी लोकल है. इस बार जो रहेगा इलेक्शन, वो मुद्दों का इलेक्शन रहेगा या लोकल और बाहर के कैंडिडेट का मुद्दा रहेगा? देखो जी, मनीष तिवारी पे एलिगेशन लगाने के बाहर का है, वो बिल्कुल बाहर का नहीं है. उसकी सारी स्कूलिंग, उसकी सारी एजुकेशन, उसका राइट फ्रॉम किंडरगार्टन ही हैज़ बीन फ्रॉम चंडीगढ़. उनकी आप बैकग्राउंड देखिए, ठीक है वो अपने बीइंग ए एडवोकेट, बीइंग ए पॉलिटिशियन, ही हैज़ बीन आउटसाइड ऑफ द चंडीगढ़, बट एट द सेम टाइम उसकी बैकग्राउंड आप देखिए, उनका देखिए, सारा कुछ चंडीगढ़ का है. PU से एग्जाम उन्होंने दिया है, अपना सेक्टर 16 या कौन से स्कूल से पढ़े हैं. सो वी कैन नॉट डंप हिम दैट वो इज आउटसाइडर. नो, ही इज़ नॉट. एक्चुअली क्या है कि यहाँ पर जो पॉलिटिक्स होती है, वो होती है मुद्दों से भटकर, मुद्दों से हटकर के बातें होती हैं. जो मेन मुद्दे हैं, जो हमारी बच्चों की एजुकेशन की है, हेल्थ की है, जैसे भाई साहब ने प्रोजेक्ट किया, इन मुद्दों से कोई बात चर्चा नहीं होती. यहाँ तो चर्चा होती है, उसने उसके ऊपर, वो मुसलमान आ गया, वो हिंदू आ गया, वो सिख, मतलब दिस काइंड ऑफ थिंग्स है, वो जो डाइवर्ट करते हैं ना माइंड को, जो चेंज करते हैं भाई, जो मेन मुद्दे पर बात ना के. अब हमारे कोई दिक्कत क्या है, हमारे बच्चों की एजुकेशन की दिक्कत है, हमको बच्चों के हेल्थ की दिक्कत है, मेन चीज़ वो जो चीज़ें हैं, उनसे तो कोई बात नहीं होती है. बट ओवर द सेम टाइम उसने उसको ये बोल दिया, उसने मंगलसूत्र ले, तुम्हारा मंगलसूत्र खतरे में है, तुम्हारा ये, दिस काइंड ऑफ थिंग्स है, माइंड डेविएटिंग जो टैक्टिक्स हैं, बिकॉज वी आर हेयर टू हेल्प द सोसाइटी, टू हेल्प द नेशन एट लार्ज, बट नॉट टू क्रिटिसाइज ए इंडिविजुअल पर्सन. यू मेक समबडी टारगेट एंड यू हिट हिम एट दिस बेली, सो दिस इज समथिंग नॉट एक्सपेक्टेड आउट ऑफ ए पर्सन हु इज होल्डिंग ए वेरी हाई पोस्ट. सर, मैं इस इशू पे ये कहना चाह रहा हूँ कि ये जो है MP का इलेक्शन है, म्यूनसिपल कमिश्नर का नहीं है. इसके इशू अलग हैं, देश से संबंधित जो हैं वो इशू इस आदमी के होने चाहिए जो ये इलेक्ट होके जाता है. कि नंबर एक, बेरोजगारी पे क्या करवाता है ये सरकार से, ये महंगाई पे क्या करवाता है, हमारे चाइना के जो हमारे मेन बॉर्डर इशूज़ हैं उन पे ये क्या रिप्रेजेंट करता है, ये हैं मेन इशूज़. लेकिन और कोई बिग प्रोजेक्ट सिटी के लिए, हाँ, मैं यहाँ आ रहा था, जिससे एम्प्लॉयमेंट बढ़े, बिल्कुल ठीक है, ये दीज आर दी इशू फॉर दिस MP इलेक्शन. तो क्या लगता है कि ऐसे कौन से मुद्दे हैं जो लटके रह गए, बातें हुई लेकिन वो घोषणा पत्र में बताए गए और लेकिन उसके बाद वो सब वहीं के वहीं रह गए? सर, बंसल साहब जब रेलवे मंत्री थे तो उनकी सबसे बड़ी देन है रेलवे का, आपका रेलवे स्टेशन, और दूसरा था उन्होंने मेट्रो पास करा दी थी चंडीगढ़ के लिए. ये जो गवर्नमेंट चेंज हुई और दूसरी पार्टी आ गई, उन्होंने वो ही ख़त्म करवा दी कि वायबल ही नहीं है. और अब लास्ट में जब जाने लगी तो कहती है हाँ ठीक है हो जाएगी. मीन्स 10 साल तो तूने ख़राब कर दिए ना सिटी के.
बिल्कुल ठीक है जी, बस ये है मेन चीज। चलो तो ईवीएम के बारे में कुछ कहना चाहेंगे आप? सर ईवीएम ना ये चीज टेक्निकल इशू, क्योंकि आज विपक्ष देखिए पूरे देश में कहीं ना कहीं इस चीज का हल्ला तो है ना, वो उसका दे दूं। हाँ। वो है, देखो कोई भी होगा अगर कुछ हो, दिखेगा उसे तो वो बोलेगा, पर आज सुप्रीम कोर्ट ने एक उसमें ऐड किया है कि अगर किसी को डाउट है ईवीएम पे तो वो ईवीएम की चेकिंग वगैरह का खर्चा जमा करा दे और चेक करा लो, अगर तो वो चेक होके उसमें खराबी नहीं मिलती है तो उसका पैसा रिफंड हो जाएगा और उस पर एक्शन लिया जाएगा।